ਮੇਰੇ ਚੈਨਲ ਕਮਾਲ ਸਟੱਡੀ ਪੁਆਇੰਟ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਆਪਾਂ ਫਰਵਰੀ ਮਹੀਨੇ ਦੇ ਜਿਹੜੇ ਕਰੰਟ ਅਫੇਅਰ ਆ ਉਹਨਾਂ ਦੀ ਗੱਲਬਾਤ ਕਰਾਂਗੇ ਜਿਹੜੇ ਤੁਹਾਡੇ ਵੱਖ-ਵੱਖ ਐਂਟਰਸ ਟੈਸਟਾਂ ਉਹਨਾਂ ਵਿੱਚ ਕੰਮ ਆਵੇਗਾ ਚਲੋ ਆਪਾਂ ਕਰਦੇ ਹਾਂ ਨੰਬਰ 1 ਤੇ ਡਾਕਟਰ ਐਮ ਐਸ ਸੁਆਮੀ ਨਾਥਨ ਵੈਲ ਬੀ ਅਵਾਰਡਡ ਭਾਰਤ ਰਤਨ ਹੀ ਵਾਸ ਏ ਫੇਮਸ ਪਰਸਨ ਇਨ ਵਿੱਚ ਫੀਲਡ ਡਾਕਟਰ ਐਮ ਐਸ ਸੁਆਮੀਨਾਥਨ ਨੂੰ ਭਾਰਤ ਰਤਨ ਦਿੱਤਾ ਜਾਵੇਗਾ ਉਹ ਕਿਸ ਖੇਤਰ ਦੇ ਮਸ਼ਹੂਰ ਵਿਅਕਤੀ ਸਨ ਤਾਂ ਇਸ ਦਾ ਉੱਤਰ ਹੈ ਐਗਰੀਕਲਚਰ ਕੇਂਦਰ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀਆਂ ਪੀ ਵੀ ਨਰਸਿਮਰ ਚੌਧਰੀ ਚਰਨ ਸਿੰਘ ਤੇ ਹਰੀ ਕ੍ਰਾਂਤੀ ਦੇ ਪਿਤਾਮਾ ਡਾਕਟਰ ਐਮ ਐਸ ਸੁਆਮੀਨਾਥਨ ਨੂੰ ਭਾਰਤ ਦਾ ਸਰਵ ਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਹੈ ਸਵਾਮੀ ਨਾਥੰ ਦਾ ਜਨਮ 7 ਅਗਸਤ 1925 ਨੂੰ ਹੋਇਆ ਸੀ। ਉਹਨਾਂ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਅਤੇ ਭਾਰਤ ਸਰਕਾਰ ਵਿੱਚ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ ਦੇ 76 ਵਜੂ ਭੂਮਿਕਾ ਨਿਭਾਈ। ਨੰਬਰ 2 ਵਿੱਚ ਕੰਟਰੀ ਹੈਜ਼ ਰੀਸੈਂਟਲੀ ਅਨਾਉਂਸਡ ਵੀਜ਼ਾ ਫ੍ਰੀ ਟ੍ਰੈਵਲ ਫਾਰ ਇੰਡੀਅਨ ਸਿਟੀਜ਼ਨ ਕਿਸ ਦੇਸ਼ ਨੇ ਹਾਲ ਹੀ ਵਿੱਚ ਭਾਰਤੀ ਨਾਗਰਿਕਾਂ ਲਈ ਵੀਜ਼ਾ ਮੁਕਤ ਯਾਤਰਾ ਦਾ ਐਲਾਨ ਕੀਤਾ ਹੈ ਇਸ ਦਾ ਉੱਤਰ ਹੈ ਈਰਾਨ ਹਾਲ ਹੀ ਵਿੱਚ ਈਰਾਨ ਸਰਕਾਰ ਨੇ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਮੁਕਤ ਸੇਵਾ ਦਾ ਐਲਾਨ ਕੀਤਾ ਇਹ ਸਿਰਫ ਸੈਰ ਸਪਾਟੇ ਲਈ ਮਨਜ਼ੂਰੀ ਦਿੱਤੀ ਗਈ ਹੈ ਭਾਰਤੀ ਨਾਗਰਿਕ 15 ਦਿਨਾਂ ਲਈ 6 ਮਹੀਨਿਆਂ ਵਿੱਚ ਇੱਕ ਵਾਰ ਬਿਨਾਂ ਵੀਜ਼ੇ ਤੇ ਆਰਾਮ ਦੀ ਯਾਤਰਾ ਕਰ ਸਕਦੇ ਹਨ ਵਰਤਮਾਨ ਵਿੱਚ 27 ਦੇਸ਼ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਮੁਕਤ ਦਾਖਲਾ ਪ੍ਰਦਾਨ ਕਰਦੇ ਹਨ ਜਿਨ੍ਹਾਂ ਵਿੱਚ ਮਲੇਸ਼ੀਆ ਇੰਡੋਨੇਸ਼ੀਆ థਾਈਲੈਂਡ ਆਦ ਨੰਬਰ 3 ਵਿਦ ਹੂ ਹੈ ਸਾਊਥ ਈਸਟਰਨ ਰੇਲਵੇਜ਼ ਜੁਆਇੰਟ ਹੈਂਡਸ ਫॉर द ਡਿਵੈਲਪਮੈਂਟਸ ਆਫ ਰੇਲ ਇਨਫਰਾਸਟ੍ਰਕਚਰ ਦੱਖਣੀ ਪੂਰਬੀ ਰੇਲਵੇ ਨੇ ਰੇਲ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਿਸ ਨਾਲ ਹੱਥ ਮਿਲਾਇਆ ਤੇ ਇਸ ਦਾ ਉੱਤਰ ਹੈ ਟਾਟਾ ਸਟੀਲ ਦੱਖਣੀ ਪੂਰਵੀ ਰੇਲਵੇ S E R ਰੇਲ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਟਾਟਾ ਸਟੀਲ ਨਾਲ ਹੱਥ ਮਿਲਾਇਆ ਦੱਖਣੀ ਪੂਰਵੀ ਰੇਲਵੇ ਦਾ ਮੁੱਖ ਦਫ਼ਤਰ ਕੋਲਕਾਤਾ ਵਿੱਚ ਹੈ ਨੰਬਰ 4 ਹੂ ਹੈਜ਼ ਟੇਕਨ ਔਥ ਐਜ਼ ਦਾ ਚੀਫ ਜਸਟਿਸ ਆਫ ਗੁਹਾਟੀ ਹਾਈ ਕੋਰਟ ਗੁਹਾਟੀ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਕਿਸ ਨੇ ਸੌ ਚੁੱਕੀ ਤਾਂ ਇਸ ਦਾ ਉੱਤਰ ਹੈ ਜਸਟਿਸ ਵਿਜੇ ਬਸ਼ਨੋਈ ਜਸਟਿਸ ਵਿਜੇ ਬਸ਼ਨੋਈ ਨੇ ਹਾਲ ਹੀ ਵਿੱਚ ਗੁਹਾਟੀ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਸੌ ਚੁੱਕੀ ਅਸਾਮ ਦੇ ਰਾਜਪਾਲ ਗਲਾਬ ਚੰਦ ਕਟਾਰਨ ਨੇ ਜਸਟਿਸ ਨੂੰ ਅਹੁਦੇ ਦੀ ਸੌਚਕਾਈ ਨੰਬਰ 5 ਹੂ ਹੈਜ਼ ਬੀਨ ਅਪੋਇੰਟਡ ਐਜ਼ ਦਾ ਨਿਊ ਡਾਇਰੈਕਟਰ ਆਫ ਏਸ਼ੀਅਨ ਡਿਵੈਲਪਮੈਂਟ ਬੈਂਕ ਇਨ ਇੰਡੀਆ ਭਾਰਤ ਵਿੱਚ ਏਸ਼ੀਅਨ ਵਿਕਾਸ ਬੈਂਕ ਦੇ ਨਵੇਂ ਡਾਇਰੈਕਟਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਤਾਂ ਇਸ ਦਾ ਉੱਤਰ ਹੈ ਮਿਊ ਓਕਾ ਏਸ਼ੀਅਨ ਡਿਵੈਲਪਮੈਂਟ ਬੈਂਕ ਏ ਡੀ ਬੀ ਹਾਲ ਹੀ ਵਿੱਚ ਮਿਊ ਓਕਾ ਨੂੰ ਭਾਰਤ ਵਿੱਚ ਬੈਂਕ ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਹੈ। ਕੁਨ ਏ ਕਨੇਸ਼ੀ ਦੀ ਥਾਂ ਹੈ। ਓਕਾ ਭਾਰਤ ਵਿੱਚ ਏਡੀਬੀ ਸੰਚਾਲਨ ਅਤੇ ਹੋਰ ਵਿਕਾਸ ਕਾਰਜਾਂ ਲਈ ਜ਼ਿੰਮੇਵਾਰ ਹੋਵੇਗਾ। ਏਸ਼ੀਅਨ ਵਿਕਾਸ ਬੈਂਕ ਇੱਕ ਖੇਤਰੀ ਵਿਕਾਸ ਬੈਂਕ ਹੈ। ਇਸ ਦੀ ਸਥਾਪਨਾ 19 ਦਸੰਬਰ 1966 ਨੂੰ ਕੀਤੀ ਗਈ ਸੀ। ਨੰਬਰ 6 ਵੇਅਰ ਵਾਸ ਦਾ फाउंडेशन स्टोन ऑफ द कंट्री फर्स्ट डिटेल्ड नेशनल आर्काइविज म्यूजियम लेड देश ਦੇ ਪਹਿਲੇ ਡੀਟਲਡ ਨੈਸ਼ਨਲ ਆਰਕੀਵਿਸ ਮਿਊਜ਼ੀਅਮ ਦਾ ਨੀ ਪੱਥਰ ਕਿੱਥੇ ਰੱਖਿਆ ਗਿਆ ਸੀ ਤਾਂ ਇਸ ਦਾ ਉੱਤਰ ਹੈ ਹైదరాబాద్ ਕੇਂਦਰੀ ਸੱਭਿਆਚਾਰ ਮੰਤਰੀ ਜੀ ਕ੍ਰਿਸ਼ਨਾ ਰੈਡੀ ਨੇ ਹైదరాబాద్ ਦੇ ਸਲਾਰ ਜੰਗ ਮਿਊਜ਼ੀਅਮ ਵਿੱਚ ਦੇਸ਼ ਦੇ ਪਹਿਲੇ ਡिटेल نیشنل 뮤ਜ਼ੀਅਮ ਆਫ ਐਪੀਗ੍ਰਾਫੀ ਦਾ ਨੀ ਪੱਥਰ ਰੱਖਿਆ ਇਹ ਭਾਰਤੀ ਪੁਰਾਤਤਵ ਸਰਵੇਖਣ ਦੁਆਰਾ ਸਥਾਪਿਤ ਕੀਤਾ ਜਾ ਰਿਹਾ ਹੈ ਇਸ ਵਿੱਚ ਵੱਖ-ਵੱਖ ਪਿਸ਼ਾਵਾਂ ਅਤੇ ਕਾਲਾਂ ਦੇ ਲਗਭਗ 1 ਲੱਖ ਪ੍ਰਾਤਨ ਸ਼ਿਲਾਲੇਖ ਰੱਖੇ ਜਾਣਗੇ ਨੰਬਰ 7 ਮੇਰਾ گاਉ ਮੇਰੀ ਧਰੋਹਰ ਪ੍ਰੋਗਰਾਮ ਇਸ ਦਾ ਇਨੀਸ਼ੀਏਟਿਵ ਆਫ ਵਿੱਚ ਮਿਨਿਸਟਰੀ ਮੇਰਾ گاؤں ਮੇਰੀ ਧਰੋਹਰ ਪ੍ਰੋਗਰਾਮ ਕਿਸ ਮੰਤਰਾਲੇ ਦੀ ਪਹਿਲ ਹੈ ਤਾਂ ਇਸ ਦਾ ਉੱਤਰ ਹੈ ਮਿਨਿਸਟਰੀ ਆਫ ਕਲਚਰਲ ਸੱਭਿਆਚਾਰ ਮੰਤਰਾਲਾ ਮੇਰਾ گاؤں ਮੇਰੀ ਧਰੋਹਰ ਐਮ ਜੀ ਐਮ ਡੀ ਪ੍ਰੋਗਰਾਮ ਦੇ ਤਹਿਤ ਸਾਰੇ ਪਿੰਡਾਂ ਦੀ ਮੈਪਿੰਗ ਅਤੇ ਦਸਤਾਵੇਜ਼ ਤਿਆਰ ਕਰ ਰਿਹਾ ਹੈ ਸੱਭਿਆਚਾਰ ਮੈਪਿੰਗ ਤੇ ਰਾਸ਼ਟਰੀ ਮਿਸ਼ਨ ਸੱਭਿਆਚਾਰ ਮੰਤਰਾਲੇ ਦੇ ਅਧੀਨ ਇੰਦਰਾ ਗਾਂਧੀ National Center for Artists IGNA ਦੇ ਤਾਲਮੇਲ ਨਾਲ ਚਲਾਇਆ ਜਾ ਰਿਹਾ ਹੈ MGMD ਦੇ ਇੱਕ ਵੈਬ ਪੋਰਟਲ ਵੀ 27 ਜੁਲਾਈ 2023 ਨੂੰ ਲਾਂਚ ਕੀਤਾ ਗਿਆ ਸੀ ਨੰਬਰ 8 ਹਾਊ ਮੈਨੀ 에ਅ ਰੂਟਸ ਆਰ ਕੰਟਰੀ ਬੀਇੰਗ ਆਪਰੇਟਡ ਇਨ ਦਾ ਕੰਟਰੀ ਅੰਡਰ ਦਾ आरसीएस ਉਡਾਨ ਸਕੀਮ RCS ਉਡਾਨ ਸਕੀਮ ਦੇ ਤਹਿਤ ਦੇਸ਼ ਵਿੱਚ ਇਸ ਸਮੇਂ ਕਿੰਨੇ ਹਵਾਈ ਮਾਰਗ ਚਲਾਏ ਜਾ ਰਹੇ ਹਨ ਤਾਂ ਇਸ ਦਾ ਉੱਤਰ ਹੈ 519 ਹੁਣ ਤੱਕ ਖੇਤਰੀ ਪੱਧਰ ਦੀ ਹਵਾਈ ਸੰਪਰਕ ਯੋਜਨਾ RCS ਉਦੇ ਦੇਸ਼ ਦਾ ਆਮ ਨਾਗਰਿਕ ਉਡਾਨ ਦੇ ਤਹਿਤ ਦੇਸ਼ ਭਾਰਤ ਵਿੱਚ 519 ਹਵਾਈ ਮਾਰਗ ਸੰਚਾਲਿਤ ਕੀਤੇ ਜਾ ਰਹੇ ਹਨ ਉਡਾਨ ਯੋਜਨਾ ਦੇ ਤਹਿਤ ਦੋ ਸਮੁੰਦਰੀ ਹਵਾਈ ਅੱਡੇਾਂ ਅਤੇ 9 ਹੈਲੀਪੋਰਟਾਂ ਸਮੇਤ 76 ਹਵਾਈ ਅੱਡੇ ਹਨ। ਇਹ ਸਕੀਮ ਸਾਲ 2016 ਵਿੱਚ ਸ਼ੁਰੂ ਕੀਤੀ ਗਈ ਸੀ। ਕੁਐਸਚਨ ਨੰਬਰ 9 ਹੂ ਇਜ਼ ਦਾ ਚੇਅਰਮੈਨ ਆਫ ਵਨ ਨੇਸ਼ਨ ਵਨ ਇਲੈਕਸ਼ਨ ਕਮੇਟੀ ਵਨ ਨੇਸ਼ਨ ਵਨ ਇਲੈਕਸ਼ਨ ਕਮੇਟੀ ਦਾ ਚੇਅਰਮੈਨ ਕੌਣ ਹੈ? ਤਾਂ ਇਸਦਾ ਉੱਤਰ ਹੈ ਰਾਮਨਾਥ ਕੋਵਿੰਦ। ਵਨ ਨੇਸ਼ਨ ਵਨ ਇਲੈਕਸ਼ਨ ਕਮੇਟੀ ਦੇ ਚੇਅਰਮੈਨ ਰਾਮਨਾਥ ਕੋਮਦ ਨੇ ਨਵੀਂ ਦਿੱਲੀ ਵਿੱਚ ਰਿਪਬਲਿਕਨ ਪਾਰਟੀ ਆਫ ਇੰਡੀਆ ਅਠਾਵਲੇ ਆਰਪੀਆਈ ਅਤੇ ਆਮ ਆਦਮੀ ਪਾਰਟੀ ਆਪ ਦੇ ਮੈਂਬਰਾਂ ਨਾਲ ਸਲਾਹ-ਮਸ਼ਵਰਾ ਮੀਟਿੰਗ ਕੀਤੀ ਤੇ ਸਤੰਬਰ 2023 ਵਿੱਚ ਕੇਂਦਰ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਿੱਚ ਇਸ ਕਮੇਟੀ ਦਾ ਗਠਨ ਕੀਤਾ ਨੰਬਰ 10 ਵੇਅਰ ਵੈਲ ਦਾ ਵਰਡ ਗਵਰਨਮੈਂਟ ਸਮਿਟ 2024 ਬੀ ਆਰਗੇਨਾਈਜ਼ਡ ਵਿਸ਼ਵ ਸਰਕਾਰ ਸੰਮੇਲਨ 2024 ਕਿੱਥੇ ਆਯੋਜਿਤ ਕੀਤਾ ਗਿਆ ਤਾਂ ਇਸ ਦਾ ਉੱਤਰ ਹੈ ਦੁਬਈ ਵਿਸ਼ਵ ਸਰਕਾਰ ਸੰਮੇਲਨ 2024 ਦੁਬਈ ਵਿੱਚ 12-14 ਫਰਵਰੀ ਦਰਮਿਆਨ ਆਯੋਜਿਤ ਕੀਤਾ ਗਿਆ ਇਸ ਕਾਨਫਰੰਸ ਵਿੱਚ ਦੁਨੀਆ ਭਰ ਦੇ 25 ਤੋਂ ਵੱਧ ਦੇਸ਼ਾਂ ਦੇ ਮੁਖੀ ਜਾਂ ਪ੍ਰਤੀਨਿਧਾ ਹਿੱਸਾ ਲਿਆ ਇਸ ਸਾਲ ਭਾਰਤ ਤੁਰਕੀ ਅਤੇ ਕਤਰ ਨੂੰ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਪੀਐਮ ਮੋਦੀ ਵੱਲੋਂ ਭਾਰਤ ਦੀ ਤਰਫੋਂ ਹਿੱਸਾ ਲਿਆ ਇਸ ਦਾ ਥੀਮ ਸੀ ਸ਼ੋਪਿੰਗ ਫਿਊਚਰ ਸਰਕਾਰਾਂ ਨੰਬਰ 11 ਵਿਦ ਹੂਮ ਹੈਜ਼ ਦਾ ਮਹਾਰਾਸ਼ਟਰ ਗਵਰਨਮੈਂਟ ਸਾਈਨਡ ਐਨ ਐਗਰੀਮੈਂਟ ਫਾਰ ਦਾ ਯੂਜ਼ ਆਫ ਏਆਈ ਇਨ ਸੈਕਟਰ ਲਾਈਕ ਹੈਲਥ ਐਂਡ ਐਜੂਕੇਸ਼ਨ ਮਹਾਰਾਸ਼ਟਰ ਸਰਕਾਰ ਨੇ ਸਿਹਤ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਏਆਈ ਦੀ ਵਰਤੋਂ ਲਈ ਕਿਸ ਨਾਲ ਸਮਝੌਤਾ ਕੀਤਾ ਤਾਂ ਇਸ ਦਾ ਉੱਤਰ ਹੈ ਗੂਗਲ ਮਹਾਰਾਸ਼ਟਰ ਸਰਕਾਰ ਨੇ ਸਿਹਤ ਸਿੱਖਿਆ ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਹੱਲ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ AI ਦੀ ਵਰਤੋਂ ਕਰਨ ਲਈ Google ਨਾਲ ਸਮਝੌਤਾ ਕੀਤਾ ਉਪੋਮੱਖ ਮੰਤਰੀ ਦਵਿੰਦਰ ਫਰਨਵੀਜ਼ ਦੀ ਮੌਜੂਦਗੀ Google ਦੇ ਪੁਣੇ ਦਫ਼ਤਰ ਵਿੱਚ ਸਮਝੌਤਾ ਕੀਤਾ ਗਿਆ ਨੰਬਰ 12 ਹੂ ਵਾਸ ਡਿਕਲੇਅਰਡ ਜੁਆਇੰਟ Winner ਆਫ ਦਾ ਸੈਫ ਔਮੈਨਸ ਅੰਡਰ 19 ਚੈਂਪੀਅਨਸ਼ਿਪ ਵਿਦ ਇੰਡੀਆ ਭਾਰਤ ਦੇ ਨਾਲ ਸੈਫ ਮਹਿਲਾ ਅੰਡਰ 19 ਚੈਂਪੀਅਨਸ਼ਿਪ ਦਾ ਸੰਯੁਕਤ ਜੇਤੂ ਕਿਸ ਨੂੰ ਘੋਸ਼ਿਤ ਕੀਤਾ ਗਿਆ ਸੀ ਤਾਂ ਇਸ ਦਾ ਉੱਤਰ ਹੈ ਬੰਗਲਾਦੇਸ਼ ਭਾਰਤ ਨੂੰ ਮੇਜ਼ਬਾਨ ਬੰਗਲਾਦੇਸ਼ ਦੇ ਨਾਲ ਸੈਫ ਮਹਿਲਾ ਅੰਡਰ 19 ਫੁੱਟਬਾਲ ਚੈਂਪੀਅਨਸ਼ਿਪ ਦਾ ਸੰਯੁਕਤ ਜੇਤੂ ਐਲਾਨਿਆ ਗਿਆ ਮੈਚ ਦੌਰਾਨ ਹੋਏ ਵਿਵਾਦ ਤੋਂ ਬਾਅਦ ਦੋਵਾਂ ਟੀਮਾਂ ਨੂੰ ਸਾਂਝੇ ਤੌਰ ਤੇ ਜੇਤੂ ਐਲਾਨ ਦਿੱਤਾ ਨੰਬਰ 13 ਵੇਅਰ ਇਜ਼ ਦਿਵਿਆ ਕਲਾ ਮੇਲਾ 2024 ਬੀਇੰਗ ਆਰਗੇਨਾਈਜ਼ਡ ਦਿਵਿਆ ਕਲਾ ਮੇਲਾ 2024 ਕਿੱਥੇ ਆਯੋਜਿਤ ਕੀਤਾ ਜਾ ਰਿਹਾ ਹੈ ਤਾਂ ਇਸ ਦਾ ਉੱਤਰ ਹੈ ਅਗਰਤਲਾ ਰਾਸ਼ਟਰੀ ਅਪਾਹਜ ਵਿੱਤ ਅਤੇ ਵਿਕਾਸ ਨਿਯਮ ਐਨ ਡੀ ਐਫ ਡੀ ਸੀ ਦੇ ਤਹਿਤ ਅਗਰਤਰਾ ਤ੍ਰਿਪਰਾ ਵਿੱਚ ਦਿਵਿਆ ਕਲਾ ਮੇਲਾ 2024 ਆਯੋਜਿਤ ਕੀਤਾ ਜਾ ਰਿਹਾ ਹੈ ਏ ਸ਼ੇਤੋ 11 ਫਰਵਰੀ 24 ਤੱਕ ਚੱਲਿਆ ਤ੍ਰਿਪੁਰ ਉੱਤਰੀ ਪੂਰਵੀ ਭਾਰਤ ਦਾ ਇਕਰਾਜ ਹੈ ਤੇ ਇਸ ਦੀ ਰਾਜਧਾਨੀ ਅਗਰਤਲਾ ਹੈ ਨੰਬਰ 14 ਇਨ ਵਿਚ ਸਟੇਟ ਇਨ ਦੀਨ ਬੰਦੂ ਛੋਟੂ ਰਾਮ ਥਰਮਲ ਪਾਵਰ ਪਲਾਂਟ ਲੋਕੇਟਡ ਦੀਨ ਬੰਦੂ ਛੋਟੂ ਰਾਮ ਪਾਵਰ ਪਲਾਂਟ ਕਿਸ ਰਾਜ ਵਿੱਚ ਸਥਿਤ ਹੈ ਤਾਂ ਇਸ ਦਾ ਉੱਤਰ ਹੈ ਹਰਿਆਣਾ ਹਰਿਆਣਾ ਰਾਜ ਸਰਕਾਰ ਨੇ ਯਮਨਾ ਨਗਰ ਵਿੱਚ 800 ਮੈਗਾਵਾਟ ਦੀਨ ਬੰਦੂ ਛੋਟੂ ਰਾਮ ਥਰਮਲ ਪਾਵਰ ਪਲਾਂਟ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਦੇ ਨਿਰਮਾਣ ਦੀ ਜ਼ਿੰਮੇਵਾਰੀ BHEL ਨੂੰ ਦਿੱਤੀ 6900 ਕਰੋੜ ਰੁਪਏ ਖਰਚ ਕੀਤੇ ਜਾਣਗੇ ਇਹ ਪ੍ਰੋਜੈਕਟ 57 ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇਗਾ ਨੰਬਰ 15 ਵਿੱਚ ਇੰਡੀਅਨ ਸੈਲੀਬ੍ਰਿਟੀ ਵਾਰ ਰੀਸੈਂਟਲੀ ਗ੍ਰਾਂਟਡ ਦਾ 골ਡਨ ਵੀਜ਼ਾ ਆਫ ਯੂਏਈ ਕਿਸ ਭਾਰਤੀ ਸੈਲੀਬ੍ਰਿਟੀ ਨੂੰ ਹਾਲ ਹੀ ਵਿੱਚ ਯੂਏਈ ਦਾ 골ਡਨ ਵੀਜ਼ਾ ਦਿੱਤਾ ਗਿਆ ਸੀ ਤਾਂ ਇਸ ਦਾ ਉੱਤਰ ਹੈ ਆਨੰਦ ਕੁਮਾਰ ਹਾਲ ਹੀ ਵਿੱਚ ਸੁਪਰ 30 ਦੇ ਸੰਸਥਾਪਕ ਆਨੰਦ ਕੁਮਾਰ UAE ਸਰਕਾਰ ਨੇ 골ਡਨ ਵੀਜ਼ਾ ਦਿੱਤਾ ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਸ਼ਾਹਰ ਖਾਨ ਸਲਮਾਨ ਖਾਨ ਸੰਜੇ ਦੱਤ ਵਰਗੀਆਂ ਹਸਤੀਆਂ ਨੂੰ ਵੀ ਮਿਲ ਚੁੱਕਾ ਹੈ ਆਨੰਦ 2002 ਤੋਂ ਪਟਨਾ ਵਿੱਚ ਆਪਣਾ ਸੁਪਰ 30 ਪ੍ਰੋਗਰਾਮ ਚਲਾ ਰਿਹਾ ਹੈ 2023 ਵਿੱਚ ਉਹਨਾਂ ਨੂੰ ਭਾਰਤ ਸਰਕਾਰ ਦੁਆਰਾ ਚੌਥਾ ਸਰਵ ਉੱਚ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ ਨੰਬਰ 16 ਹੂ ਹੈਜ਼ ਟੇਕਨ ਆਥ ਐਜ਼ ਦਾ ਨਿਊ ਚੀਫ ਮਿਨਿਸਟਰ ਆਫ ਝਾਰਖੰਡ ਝਾਰਖੰਡ ਦੇ ਨਵੇਂ ਮੁੱਖ ਮੰਤਰੀ ਵਜੋਂ ਕਿਸ ਨੇ ਸੌ ਚੁੱਕੀ ਤਾਂ ਇਸ ਦਾ ਉੱਤਰ ਹੈ ਚੰਪਾਇਆ ਸੋਰੇਨ ਝਾਰਖੰਡ ਮੁਕਤੀ ਮੋਰਚਾ ਜੀ ਐਮ ਐਮ ਦੇ ਸੀਨੀਅਰ ਆਗੂ ਚੰਪਾਇਆ ਸਰੇਨ ਨੂੰ ਝਾਰਖੰਡ ਦੇ ਨਵੇਂ ਮੁੱਖ ਮੰਤਰੀ ਵਜੋਂ ਸੌ ਚੁੱਕੀ ਹੇਮਤ ਸਰੇਨ ਦੀ ਥਾਂ ਲੈ ਲਈ ਹੇਮਤ ਸਰੇ ਨੂੰ ਹਾਲ ਹੀ ਵਿੱਚ ਇੱਕ ਕੇਸ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ ਰਾਜਪਾਲ ਸੀਪੀ ਰਾਧਾ ਕ੍ਰਿਸ਼ਨਨ ਨੇ ਰਾਜ ਭਵਨ ਵਿੱਚ ਚੌਪੈ ਸਰੇ ਨੂੰ ਅਹੁਦੇ ਦੀ ਸੌਂ ਚਕਾਈ ਨੰਬਰ 17 ਵਿੱਚ 에어ਪੋਰਟ ਹੈਜ਼ ਰੀਸੈਂਟਲੀ ਬਿਨ 기ਵਨ ਦਾ ਸਟੇਟ ਆਫ ਇੰਟਰਨੈਸ਼ਨਲ 에어ਪੋਰਟ ਬਾਇ ਦਾ ਗਵਰਨਮੈਂਟ ਆਫ ਇੰਡੀਆ ਭਾਰਤ ਸਰਕਾਰ ਦੁਆਰਾ ਹਾਲ ਹੀ ਵਿੱਚ ਕਿਹੜੇ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਦਰਜਾ ਦਿੱਤਾ ਗਿਆ ਹੈ ਤੇ ਇਸ ਦਾ ਉੱਤਰ ਹੈ ਸੂਰਤ 에ਅਰਪੋਰਟ ਹਾਲ ਹੀ ਵਿੱਚ ਭਾਰਤ ਸਰਕਾਰ ਨੇ ਗੁਜਰਾਤ ਦੇ ਸੂਰਤ ਹਵਾਈ ਅੱਡੇ ਨੂੰ ਅਧਿਕਾਰਤ ਤੌਰ ਤੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਦਰਜਾ ਦਿੱਤਾ ਹੈ ਪਿਛਲੇ ਸਾਲ ਦਸੰਬਰ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸੂਰਤ ਹਵਾਈ ਅੱਡੇ ਤੇ 353 ਕਰੋੜ ਲਾਗਤ ਨਾਲ ਬਣੇ ਟਰਮੀਨਲ ਦਾ ਉਦਘਾਟਨ ਕੀਤਾ ਸੀ ਨੰਬਰ 18 ਹੂ ਹੈਜ਼ ਬੀਨ ਰੀ ਅਪੁਆਇੰਟਡ ਐਜ਼ ਦਾ ਪ੍ਰੈਜ਼ੀਡੈਂਟ ਆਫ ਏਸ਼ੀਅਨ ਕ੍ਰਿਕਟ ਕਾਉਂਸਲ ਏਸ਼ੀਅਨ ਕ੍ਰਿਕਟ ਕਾਉਂਸਲ ਦੇ ਪ੍ਰਧਾਨ ਦੇ ਰੂਪ ਵਿੱਚ ਕਿਸ ਨੂੰ ਦੁਬਾਰਾ ਨਿਯੁਕਤ ਕੀਤਾ ਗਿਆ ਹੈ ਤਾਂ ਇਸ ਦਾ ਉੱਤਰ ਹੈ ਜੈਸ਼ਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈਸ਼ਾ ਨੂੰ ਤੀਜੀ ਵਾਰ ਏਸ਼ੀਅਨ ਕ੍ਰਿਕਟ ਕਾਉਂਸਲ ਏসিসি ਦਾ ਪ੍ਰਧਾਨ ਚੁਣਿਆ ਗਿਆ ਹੈ ਇਹ ਫੈਸਲਾ ਬਾਲੀ ਵਿੱਚ ਏসিসি ਦੀ ਸਾਲਾਨਾ ਜਨਰਲ ਮੀਟਿੰਗ ਵਿੱਚ ਕੀਤਾ ਗਿਆ ਆਪਣੇ ਕਾਰਜਕਾਲ ਦੌਰਾਨ ਜੈ ਸ਼ਾਹ ਨੇ ਅੰਡਰ 19 ਫਾਰਮੈਟ ਮਹਿਲਾ T20 ਏਸ਼ੀਆ ਕੱਪ ਅਤੇ ਅਮਰジング ਏਸ਼ੀਆ ਕੱਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਏਸ਼ੀਅਨ ਕ੍ਰਿਕਟ ਕਾਉਂਸਲ ਦੀ ਸਥਾਪਨਾ 1983 ਵਿੱਚ ਹੋਈ ਸੀ ਨੰਬਰ 19 ਇਨ ਵਿੱਚ ਸਟੇਟ ਡੈడ్ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਦਾ ਫਾਊਂਡੇਸ਼ਨ ਸਟੋਨ ਆਫ ਸ਼੍ਰੀ ਕਲਕੀ ਧਾਮ ਟੈਂਪਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸ ਰਾਜ ਵਿੱਚ ਸ਼੍ਰੀ ਕਲਕੀ ਧਾਮ ਮੰਦਿਰ ਦਾ ਨੀਂ ਪੱਥਰ ਰੱਖਿਆ ਸੀ ਤਾਂ ਇਸ ਦਾ ਉੱਤਰ ਹੈ ਉੱਤਰ ਪ੍ਰਦੇਸ਼ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਸੰਬਲ ਵਿੱਚ Hindu ਤੀਰਥ ਸਥਾਨ ਸ਼੍ਰੀ ਕਲਕੀ ਧਾਮ ਮੰਦਿਰ ਦਾ ਨੀਂਹ ਪੱਥਰ ਰੱਖਿਆ ਇਸ ਮੰਦਿਰ ਦਾ ਨਿਰਮਾਣ ਸ਼੍ਰੀ ਕਲਕੀ ਧਾਮ ਨਿਰਮਾਣ ٹرسٹ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਦੇ ਪ੍ਰਧਾਨ ਆਚਾਰੀਆ ਪ੍ਰਮੋਦ ਕ੍ਰਿਸ਼ਨ ਮਹਨ ਭਗਵਾਨ ਕਲਕੀ ਨੂੰ ਭਗਵਾਨ ਵਿਸ਼ਨੂੰ ਦਾ 10ਵਾਂ અવਤਾਰ ਮੰਨਿਆ ਜਾਂਦਾ ਹੈ ਸ਼੍ਰੀ ਕਲਕੀ ਧਾਮ ਮੰਦਿਰ ਕੰਪਲੈਕਸ 5 ਏਕੜ ਵਿੱਚ ਪੂਰਾ ਹੋਵੇਗਾ ਜਿਸ ਨੂੰ 5 ਸਾਲ ਲੱਗਣਗੇ ਨੰਬਰ 20 ਅੰਗੇਸਟ ਵਿੱਚ ਕੰਟਰੀ ਡੈੱਡ ਦਾ ਇੰਡੀਅਨ ਟੀਮ ਰਜਿਸਟਰ ਦਾ ਬਿਗੇਸਟ ਵੈਨ ਇਨ ਦਾ ਟੈਸਟ ਕ੍ਰਿਕਟ ਟੈਸਟ ਕ੍ਰਿਕਟ ਵਿੱਚ ਭਾਰਤੀ ਟੀਮ ਨੇ ਕਿਸ ਦੇਸ਼ ਦੇ ਖਿਲਾਫ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਤਾਂ ਇਸ ਦਾ ਉੱਤਰ ਹੈ ਇੰਗਲੈਂਡ ਭਾਰਤੀ ਟੀਮ ਨੇ ਰਾਜਕੋਟ ਵਿੱਚ ਖੇਡੇ ਗਏ ਟੈਸਟ ਮੈਚ ਵਿੱਚ ਇੰਗਲੈਂਡ ਨੂੰ 434 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਕੇ ਇਤਿਹਾਸ ਰਾਜ ਦਿੱਤਾ ਇਹ ਟੈਸਟ ਕ੍ਰਿਕਟ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ ਇਸ ਤੋਂ ਪਹਿਲਾਂ 2021 ਵਿੱਚ ਨਿਊਜ਼ੀਲੈਂਡ ਨੂੰ 272 ਦੌੜਾਂ ਨਾਲ ਹਰਾਇਆ ਸੀ ਟੈਸਟ ਕ੍ਰਿਕਟ ਵਿੱਚ ਇੰਗਲੈਂਡ ਦੀ ਇਹ ਦੂਜੀ ਸਭ ਤੋਂ ਵੱਡੀ ਹਾਰ ਹੈ ਨੰਬਰ 21 ਵਿੱਚ ਕੰਟਰੀ ਵੂਮਨਜ਼ ਟੀਮ ਵਨ ਦਾ 골ਡ ਮੈਡਲ ਇਨ ਦਾ ਬੈਡਮਿੰਟਨ ਏਸ਼ੀਅਨ ਟੀਮ ਚੈਂਪੀਅਨਸ਼ਿਪ ਬੈਡਮਿੰਟਨ ਏਸ਼ੀਅਨ ਟੀਮ ਚੈਂਪੀਅਨਸ਼ਿਪ ਵਿੱਚ ਕਿਸ ਦੇਸ਼ ਦੀ ਮਹਿਲਾ ਨੇ ਸੋਨ ਤਗਮਾ ਜਿੱਤਿਆ ਤਾਂ ਇਸ ਦਾ ਉੱਤਰ ਹੈ ਇੰਡੀਆ ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੜ ਮੈਂਟਨ ਏਸ਼ੀਅਨ ਟੀਮ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਮਹਿਲਾਵਾਂ ਦੇ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਇਸ ਤੋਂ ਪਹਿਲਾਂ ਪੁਰਸ਼ ਟੀਮ ਨੇ 2016 ਅਤੇ 2020 ਦੇ ਐਡੀਸ਼ਨਾਂ ਵਿੱਚ ਕਾਂਸੀ ਦੇ ਤਗਮੇ ਜਿੱਤੇ ਸਨ ਪੀਵੀ ਸਿੰਧੂ ਤ੍ਰਿਸ਼ਾ ਜੋਲੀ ਗਾਇਤਰੀ ਗੋਪੀ ਚੰਦ ਅਤੇ ਖਰਬ ਨੇ ਆਪਣੇ ਆਪਣੇ ਮੈਚ ਜਿੱਤ ਕੇ ਬੜਤ ਦਵਾਈ ਨੰਬਰ 22 ਫੇਮਸ ਜੈਨ ਸੰਤ ਆਚਾਰੀਆ ਵਿਦਿਆਸਾਗਰ ਮਹਾਰਾਜ ਪਾਸੜ ਵੇ ਇਨ ਵਿੱਚ ਸਟੇਟ ਵਾਸ ਹੀ ਬੋਰਨ ਪ੍ਰਸਿੱਧ ਜੈਨ ਸੰਤ ਆਚਾਰੀਆ ਵਿਦਿਆਸਾਗਰ ਮਹਾਰਾਜ ਦਾ ਦੇਹਾਂਤ ਉਹਨਾਂ ਦਾ ਜਨਮ ਕਿਸ ਰਾਜ ਵਿੱਚ ਹੋਇਆ ਸੀ ਇਸ ਦਾ ਉੱਤਰ ਹੈ ਕਰਨਾਟਕਾ ਮਸ਼ਹੂਰ ਜੈਨ ਸੰਤ ਆਚਾਰੀਆ ਵਿਦਿਆਸਾਗਰ ਮਹਾਰਾਜ ਦਾ ਛੱਤੀਗੜ੍ਹ ਛੱਤੀਗੜ੍ਹ ਦੇ ਡੋਂਗਰਗੜ ਦੇ ਚੰਦਰਗਿਰੀ ਤੀਰਥ ਵਿਖੇ ਦਿਹਾਤ ਹੋ ਗਿਆ ਆਚਾਰੀਆ ਵਿਦਿਆਸાગਰ ਮਹਾਰਾਜ ਦਵਿੰਗਰ ਜੈਨ ਭਾਈਚਾਰੇ ਦੇ ਸਭ ਤੋਂ ਮਸ਼ਹੂਰ ਸੰਤ ਸਨ ਜੈਨ ਸੰਤ ਵਿਦਿਆਸાગਰ ਮਹਾਰਾਜ ਦਾ ਜਨਮ 10 ਅਕਤੂਬਰ 1946 ਨੂੰ ਕਰਨਾਟਕ ਦੇ ਬੈਲਗਾਮ ਦੇ ਪਿੰਡ ਸਦਗਲਾ ਵਿੱਚ ਹੋਇਆ ਸੀ ਨੰਬਰ 23 who has been nominated for the 58th Gyanpeeth award 58ve gyanpeeth puraskar lai kis nu naam jad kita gaya hai ta is da uttar hai gulzar ate ram padar acharya gyanpeeth chun committee ne prasidd urdu kavi gulzar ate sanskrit vidwan jagadguru ram padar acharya nu 58ਵੇਂ ਗਿਆਨਪੀਠ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ ਗੁਲਜ਼ਾਰ ਦਾ ਅਸਲੀ ਨਾਂ ਸੰਪੂਰਨ ਸਿੰਘ ਕਾਲੜਾ ਹੈ ਗੁਲਜ਼ਾਰ ਹਿੰਦੀ ਸਿਨੇਮਾ ਵਿੱਚ ਐਮ ਯੋਗਦਾਨ ਪਾਇਆ ਰਾਮ ਭੱਦਰ ਚਾਰੀਆ ਚਿੱਤਰਕੂਟ ਵਿੱਚ ਤੁਲਸੀ ਪੀਠ ਦੇ ਸੰਸਥਾਪਕ ਹਨ ਨੰਬਰ 24 ਵਿਦ ਹੂਮ ਹੈਜ਼ ਆਈ ਆਰ ای ਡੀ ਐ ਸਾਈਨਡ ਐਨ ਐਗਰੀਮੈਂਟ ਫਾਰ ਕੋ ਫਾਈਨਾਂਸਿੰਗ ਰੀਨਿਊਏਬਲ એનર્ਜੀ ਪ੍ਰੋਜੈਕਟਸ ਆਈ ਆਰ ਈ ਡੀ ਏ ਨੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਨੂੰ ਸਹਿ ਵਿੱਤ ਲਈ ਕਿਸ ਨਾਲ ਸਮਝੌਤਾ ਕੀਤਾ ਹੈ ਤਾਂ ਇਸ ਦਾ ਉੱਤਰ ਹੈ ਪੰਜਾਬ ਨੈਸ਼ਨਲ ਬੈਂਕ ਇੰਡੀਅਨ ਰੀਨਿਊਏਬਲ એનર્ਜੀ ਡਿਵੈਲਪਮੈਂਟ ਏਜੰਸੀ ਲਿਮਟਿਡ ਆਈ ਆਰ ਈ ਡੀ ਏ ਐਂਡ ਪੰਜਾਬ ਨੈਸ਼ਨਲ ਬੈਂਕ ਨੇ ਦੇਸ਼ ਭਰ ਵਿੱਚ ਰੀਨਿਊਏਬਲ એનર્ਜੀ ਪੈਲ ਕਦਮੀਆਂ ਦੇ ਆਦੇਸ਼ ਨੂੰ ਅੱਗੇ ਲਿਜਾਣ ਲਈ ਨਾਲ ਇੱਕ ਸਮਝੌਤਾ ਕੀਤਾ ਇੰਡੀਅਨ ਰੀਨਿਊਏਬਲ એનર્ਜੀ ਡਿਵੈਲਪਮੈਂਟ ਏਜੰਸੀ ਲਿਮਟਿਡ ਇੱਕ ਭਾਰਤੀ ਜਨਤਕ ਖੇਤਰ ਦਾ ਉਦਮ ਹੈ ਜਿਸ ਦੀ ਸਥਾਪਨਾ 1987 ਵਿੱਚ ਕੀਤੀ ਗਈ ਸੀ ਕੁਐਸਚਨ ਨੰਬਰ 25 ਪੀਐਮ ਵਿਸ਼ਵਕਰਮਾ ਯੋਜਨਾ ਹੈਜ਼ ਬੀਨ ਲਾਂਚਡ ਬਾਏ ਵਿੱਚ ਮਿਨਿਸਟਰੀ ਪ੍ਰਧਾਨ ਮੰਤਰੀ ਵਿਸ਼ਵ ਕਰਮਾ ਯੋਜਨਾ ਕਿਸ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਹੈ ਤਾਂ ਇਸ ਦਾ ਉੱਤਰ ਹੈ ਮਿਨਿਸਟਰੀ ਆਫ ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਪ੍ਰਧਾਨ ਮੰਤਰੀ ਵਿਸ਼ਵ ਕਰਮਾ ਯੋਜਨਾ ਸੂਖਮ ਲਘੂ ਅਤੇ ਦਰਮਿਆਨੇ ਉਦਮ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਕੇਂਦਰੀ ਸੈਕਟਰ ਯੋਜਨਾ ਹੈ ਇਹ ਸਕੀਮ ਕਾਰੀਗਰਾਂ ਅਤੇ ਕਾਰਿਗਰਾਂ ਨੂੰ ਸਸਤੇ ਕਰਜ਼ੇ ਹੁਨਰ ਸਖਲਾਈ ਆਧੁਨਿਕ ਉਪਕਰਨ ਦਿੱਤੀ ਲੈਣ ਦੇਣ ਲਈ ਉਤਸ਼ਾਹਿਤ ਕਰਦੀ ਹੈ ਇਸ ਯੋਜਨਾ ਲਈ 3000 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਇਸ ਸਕੀਮ ਤਹਿਤ 318 ਕਾਰੋਬਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨੂੰ ਸ਼ੁਰੂ ਵਿੱਚ ਵਿੱਤੀ ਸਾਲ 2027-28 ਤੱਕ 5 ਸਾਲਾਂ ਦੀ ਮਿਆਦ ਵਿੱਚ ਲਾਗੂ ਕੀਤਾ ਜਾਵੇਗਾ ਨੰਬਰ 26 ਹੂ ਹੈਜ਼ ਬੀਨ ਨੇਮਡ ਐਜ਼ ਦਾ ਸਟੇਟ ਆਈਕਨ ਆਫ ਪੰਜਾਬ ਅੰਡਰ ਦਾ ਵੋਟਰ ਅਵੇਅਰਨੈਸ ਕੈਂਪੇਨ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਪੰਜਾਬ ਦਾ ਸਟੇਟ ਆਈਕਨ ਕਿਸ ਨੂੰ ਚੁਣਿਆ ਗਿਆ ਹੈ ਇਸ ਦਾ ਉੱਤਰ ਹੈ ਸ਼ੋਭਨ ਗਿੱਲ ਯੁਵਾ ਭਾਰਤੀ ਕ੍ਰਿਕਟਰ ਸ਼ੋਭਨ ਗਿੱਲ ਨੂੰ ਮੁੱਖ ਚੋਣ ਅਧਿਕਾਰੀ ਪੰਜਾਬ ਦੇ ਦਫ਼ਤਰ ਵੱਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਸਟੇਟ ਆਈਕਨ ਵੱਲੋਂ ਨਾਮਜ਼ਦ ਕੀਤਾ ਗਿਆ ਹੈ ਪਿਛਲੇ ਸਾਲ ਅਕਤੂਬਰ ਵਿੱਚ ਭਾਰਤੀ ਚੋਣ ਕਮਿਸ਼ਨ ਨੇ ਮਸ਼ਹੂਰ ਅਦਾਕਾਰ ਰਾਜਕੁਮਾਰ ਰਾਓ ਨੂੰ ਨੈਸ਼ਨਲ ਆਈਕਨ ਨਿਯੁਕਤ ਕੀਤਾ ਸੀ ਸਚਿੰਤ ਤੰਦੂਲਕਰ ਐਮ ਐਸ ਧੋਨੀ ਆਮੀਰ ਖਾਨ ਅਤੇ ਮੈਰੀਕਮ ਵਰਗੇ ਸਾਬਕਾ ਕ੍ਰਿਕਟਰ ਰਾਸ਼ਟਰੀ ਆਈਕਨ ਰਹੇ ਹਨ ਨੰਬਰ 27 ਵਾਟ ਇਜ਼ ਇੰਡੀਆਜ਼ ਰੈਂਕ ਇਨ ਹੈਨਲੇ ਪਾਸਪੋਰਟ ਇੰਡੈਕਸ 2024 ਹੈਨਲੇ ਪਾਸਪੋਰਟ ਇੰਡੈਕਸ 2024 ਵਿੱਚ ਭਾਰਤ ਦਾ ਦਰਜਾ ਕੀ ਹੈ ਤਾਂ ਇਸ ਦਾ ਉੱਤਰ ਹੈ 85 85ਵਾਂ ਹੈਨਲੇ ਪਾਸਪੋਰਟ ਇੰਡੈਕਸ 2024 ਦੇ ਤਹਿਤ ਦੁਨੀਆ ਦੇ ਦੇਸ਼ਾਂ ਦੀ ਪਾਸਪੋਰਟ ਰੈਂਕਿੰਗ ਜਾਰੀ ਕੀਤੀ ਗਈ ਹੈ ਇਸ ਰੈਂਕਿੰਗ ਵਿੱਚ ਭਾਰਤੀ ਪਾਸਪੋਰਟ ਦੀ ਰੈਂਕਿੰਗ ਪਿਛਲੇ ਸਾਲ ਦੇ ਮੁਕਾਬਲੇ ਇੱਕ ਸਥਾਨ ਡਿੱਗ ਕੇ 59ਵੇਂ ਸਥਾਨ ਤੇ ਆ ਗਈ ਹੈ। ਇਸ ਰੈਂਕਿੰਗ ਵਿੱਚ 6-ਫ੍ਰਾਂਸ, ਜਰਮਨੀ, ਇਟਲੀ, ਸਪੇਨ, ਜਾਪਾਨ ਅਤੇ ਸਿੰਗਾਪੁਰ ਸਭ ਤੋਂ ਜ਼ਿਆਦਾ ਰੈਂਕਿੰਗ ਵਾਲੇ ਦੇਸ਼ ਬਣ ਕੇ ਸਾਹਮਣੇ ਆਏ ਹਨ। ਨੰਬਰ 28 ਵੇਅਰ ਇਜ਼ ਦਾ 11ਥ ਇੰਟਰਨੈਸ਼ਨਲ ਪਪੇਟ ਫੈਸਟੀਵਲ ਬੀਇੰਗ ਹੈਲਡ 11ਵਾਂ ਅੰਤਰਰਾਸ਼ਟਰੀ ਕੱਟ ਪੁਤਲੀ ਫੈਸਟੀਵਲ ਕਿੱਥੇ ਆਯੋਜਿਤ ਕੀਤਾ ਜਾ ਰਿਹਾ ਹੈ ਤਾਂ ਇਸ ਦਾ ਉੱਤਰ ਹੈ ਚੰਡੀਗੜ੍ਹ ਚੰਡੀਗੜ੍ਹ ਵਿੱਚ 11ਵਾਂ ਅੰਤਰਰਾਸ਼ਟਰੀ ਕੱਟ ਪੁਤਲੀ ਫੈਸਟੀਵਲ ਕਰਵਾਇਆ ਜਾ ਰਿਹਾ ਹੈ ਪ੍ਰੋਗਰਾਮ ਦਾ ਅਧਿਕਾਰਤਨ ਪੰਜਾਬ ਦੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਤ ਨੇ ਕੀਤਾ ਇਹ ਟੈਗੋਰ ਥੀਏਟਰ ਵਿਖੇ 17 ਫਰਵਰੀ ਤੋਂ 21 ਫਰਵਰੀ ਤੱਕ ਕਰਵਾਇਆ ਗਿਆ ਸਾਥਿਓ ਜੇ ਤੁਹਾਨੂੰ ਇਹ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਕਰੰਟ ਅਫੇਅਰ ਜੀਕੇ ਕਲਾਸਾਂ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੀਆਂ ਮੈਂ ਵੀਡੀਓ ਪਾਉਂਦਾ ਰਹਨਾ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦਿੰਦਾ ਰਹਿਣਾ ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਇਸ ਵਿੱਚ ਜਾਂ ਕੀ ਗਲਤੀ ਹੈ ਜਾਂ ਮੈਨੂੰ ਕੀ ਹੋਰ ਸੁਧਾਰ ਕਰਨੇ ਚਾਹੀਦੇ ਹਨ ਕੁਐਸਚਨ ਨੰਬਰ 29 ਇਨ ਵਿੱਚ ਸਟੇਟ ਹੈਜ਼ ਹਿਮਾਲੀਅਨ ਬਾਸਕਟ ਬਿਨ ਲਾਂਚਡ ਰੀਸੈਂਟਲੀ ਹਾਲ ਹੀ ਵਿੱਚ ਕਿਸ ਰਾਜ ਵਿੱਚ ਹਿਮਾਲਿਆਨ ਬਾਸਕਟ ਲਾਂਚ ਕੀਤੀ ਗਈ ਹੈ ਤਾਂ ਇਸ ਦਾ ਉੱਤਰ ਹੈ ਉੱਤਰਾਖੰਡ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਆਪਣੇ ਨਿਵਾਸ ਤੇ ਹਿਮਾਲਿਆਨ ਬਾਸਕਟ ਲਾਂਚ ਕੀਤਾ ਹਿਮਾਲਿਆਨ ਬਾਸਕਟ 2018 ਵਿੱਚ ਸੁਮਿਤ ਅਤੇ ਸਨੇਹਾ ਥਾਪਿਆਲ ਦੁਆਰਾ ਸ਼ੁਰੂ ਕੀਤਾ ਗਿਆ ਸੀ ਹਿਮਾਲਿਆਨ ਬਾਸਕਟ ਦੇ ਤਹਿਤ ਖੇਤੀਬਾੜੀ ਉਤਪਾਦ ਜਿਵੇਂ ਦੁੱਧ ਹਲਦੀ ਅਤੇ ਪਦੀਨਾ ਖਰੀਦਿਆ ਜਾਂਦਾ ਹੈ ਅਤੇ ਉਹਨਾਂ ਤੋਂ ਵੱਖ-ਵੱਖ ਉਤਪਾਦ ਬਣਾ ਕੇ ਵਿਦੇਸ਼ਾਂ ਵਿੱਚ ਸਪਲਾਈ ਕੀਤੇ ਜਾਂਦੇ ਹਨ ਨੰਬਰ 30 ਹੂ ਰੀਸੈਂਟਲੀ ਇਨੈਗੂਰੇਟਡ ਏਮਜ਼ ਜੰਮੂ ਹਾਲ ਹੀ ਵਿੱਚ ਏਮਜ਼ ਜੰਮੂ ਦਾ ਉਦਘਾਟਨ ਕਿਸ ਨੇ ਕੀਤਾ ਇਸ ਦਾ ਉੱਤਰ ਹੈ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਸੈਂਸਸ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਚ ਜੰਮੂ ਕਸ਼ਮੀਰ ਚ ਮੈਡੀਕਲ ਕਾਲਜਾਂ ਦੀ ਗਿਣਤੀ 4 ਤੋਂ ਵਧਾ ਕੇ 12 ਹੋ ਗਈ ਹੈ ਉਹਨਾਂ ਇਹ ਵੀ ਕਿਹਾ ਕਿ ਐਮਬੀਬੀਐਸ ਦੀਆਂ ਸੀਟਾਂ 500 ਤੋਂ ਵੱਧ ਕੇ 1300 ਹੋ ਗਈਆਂ ਹਨ ਜ਼ਿਲ੍ਹੇ ਵਿੱਚ 750 ਬੈੱਡਾਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਨੰਬਰ 31 ਵਿਦ ਹੂਮ ਇਨਵੈਸਟਰ এডਿਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਅਥਾਰਟੀ ਸਾਈਨਡ ਐਨ ਐਗਰੀਮੈਂਟ ਟੂ ਇਨਕਰੀਜ਼ ਅਵੇਅਰਨੈਸ ਇਨਵੈਸਟਰ এডਿਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਅਥਾਰਟੀ ਨੇ ਜਾਗਰੂਕਤਾ ਵਧਾਉਣ ਲਈ ਕਿਸ ਨਾਲ ਸਮਝੌਤਾ ਕੀਤਾ ਹੈ ਤਾਂ ਇਸ ਦਾ ਉੱਤਰ ਹੈ ਡੀ ਬੀ ਐਸ ਬੈਂਕ ਨਿਵੇਸ਼ਕਾ ਸਿੱਖਿਆ ਅਤੇ ਸੁਰੱਖਿਆ ਫੰਡ ਅਥਾਰਟੀ IEPFA ਨੇ ਨਿਵੇਸ਼ ਅਤੇ ਧੋਖਾਧੜੀ ਵਾਲੀਆਂ ਸਕੀਮਾਂ ਬਾਰੇ ਜਾਗਰੂਕਤਾ ਫਲਾਉਣ ਲਈ DBS ਬੈਂਕ ਨਾਲ ਸਮਝੌਤਾ ਕੀਤਾ ਹੈ MOU ਦੇ ਅਨੁਸਾਰ ਬੈਂਕ ਆਪਣੇ ਵੱਖ-ਵੱਖ ਡਿਜੀਟਲ ਪਲੇਟਫਾਰਮਾਂ ਰਾਹੀਂ ਸੁਰੱਖਿਆ ਸੰਦੇਸ਼ਾਂ ਦਾ ਪ੍ਰਸਾਰ ਕਰਕੇ IEPFA ਦੀ ਨਿਵੇਸ਼ਕਾਂ ਜਾਗਰੂਕਤਾ ਮਹਮ ਨੂੰ ਅੱਗੇ ਵਧਾਏਗਾ ਆਈੀਪੀਐਫਏ ਦੀ ਸਥਾਪਨਾ 2016 ਵਿੱਚ ਕੀਤੀ ਗਈ ਸੀ ਧੰਨਵਾਦ ਸਾਥਿਓ ਇਹ ਸੀ ਕਰੰਟ ਅਫੇਅਰ ਫਰਵਰੀ ਮਹੀਨੇ ਦੀਆਂ ਕੁਝ ਤਰੀਕਾਂ ਦੇ ਅੱਗੇ ਆਪਾਂ ਅਗਲੇ ਫਰਵਰੀ ਮਹੀਨੇ ਦੀਆਂ ਅਗਲੀਆਂ ਤਰੀਕਾਂ ਦੇ ਵੀਡੀਓ ਮੈਂ ਬਣਾਵਾਂਗਾ ਧੰਨਵਾਦ ਸਾਥਿਓ ਮਿਲਦੇ ਆਂ ਅਗਲੀ ਕਿਸੇ ਹੋਰ ਵੀਡੀਓ ਨਾਲ